strat Satana... ਸਚ ਮੈਂ ਰਹਉ ਰਜਾਈ ਸਤਨਾਮ ਵਾਹਿ ਗੁਰੂ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 9 ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ ਜੋ ਪੁਜਿਓ ਸੋ ਬਿਨਸ ਹੈ ਪਰ ਆਜ ਕਹਿ ਕਾ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਨਾਨਕ ਹਰ ਗੁਣ ਗਾਇ ਲੇ ਖੜ ਸਗਲ ਜੰਜਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਧੰਨ ਗੁਰੂ ਤੇ ਬਹਾਦਰ ਪਿਤਾ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਬਚਨਾਂ ਦੇ ਆਪਾਂ ਦੀਦਾਰ ਕਰ ਰਹੇ ਹਾਂ ਲਗਾਤਾਰ ਪਹਿਲਾਂ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਤੇ ਫਿਰ ਸ਼ਲੋਕਾਂ ਦੀ ਵਿਚਾਰ ਪ੍ਰਾਰambh ਹੋਈ ਸੀ ਅੱਜ ਮਹਾਰਾਜ ਜੀ ਨੇ 52 ਤੇ 52 ਨੰਬਰ ਸ਼ਲੋਕ ਹਨ ਜਿਨ੍ਹਾਂ ਦੇ ਆਪਾਂ ਪਾਠ ਸਰਵਨ ਕੀਤਾ ਹੈ ਤੇ ਵਿਚਾਰ ਵਿੱਚ ਜਾਣ ਲਈ ਆਓ ਸਤਿਗੁਰੂ ਦੇ ਸਬਦਨ ਵਾਲ ਪੂਰਾ ਧਿਆਨ ਕਰੀਏ ਸਾਹਿਬ ਜੀ ਅੱਜ ਬਚਨ ਕਰ ਰਹੇ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਣਖੋਣੀ ਹੋਵੇ ਚਿੰਤਾ ਉਸ ਗੱਲ ਦੀ ਕਰਨੀ ਬਣਦੀ ਏ ਜਿਹੜੀ ਅਣਖੋਣੀ ਹੋਵੇ ਜਿਹੜੀ ਗੱਲ ਸਾਰਿਆਂ ਨਾਲ ਹੋਵੇ ਤੇ ਆਮ ਹੋਵੇ ਉਹਦੇ ਲਈ ਚਿੰਤਾ ਨਹੀਂ ਕਰਨੀ ਚਾਹੀਦੀ ਇਹ ਮਾਰਗ ਸੰਸਾਰ ਕੋ ਕਾਦੀ ਚਿੰਤਾ ਮੌਤ ਦੀ ਮਰਨ ਦੀ ਚਿੰਤਾ ਹੈ ਕਿ ਕਿਸੇ ਤਰੀਕੇ ਮੌਤ ਤੋਂ ਬਚਿਆ ਜਾ ਸਕੇ ਪਰ ਸਤਿਗੁਰੂ ਕਹਿੰਦੇ ਨਾਨਕ ਫਿਰ ਨਹੀਂ ਕੋਏ ਇਹ ਸਾਰੇ ਸੰਸਾਰ ਦੀ ਰਚਨਾ ਨਿਰੰਕਾਰ ਨੇ ਜਦੋਂ ਰਚੀ ਏ ਇੱਕ ਪਾਸੇ ਜਨਮ ਖੋ ਰੇ ਕਾਣ ਜੀਵਨ ਮਿਲਦਾ ਹੈ ਪਰ ਹਰ ਬੰਦੇ ਦਾ ਜੀਵਨ ਦਾ ਸਮਾਂ ਮੁਕਰਰ ਕੀਤਾ ਹੈ ਵਾਹਿਗੁਰੂ ਜੀ ਨੇ ਕੇਵਲ ਆਦਮੀ ਦਾ ਨਹੀਂ 84 ਲੱਖ ਜੂਨ ਦੀ ਖਰਚੀ ਦਾ ਸਮਾਂ ਮੁਕਰਰ ਹੈ ਇਹ ਵੱਕਰੀ ਗੱਲ ਹੈ ਕਈਆਂ ਜੂਨਾਂ ਦੀ ਉਮਰਾਂ ਦੇ ਕੁਝ ਪਾਲਿਕ ਹੁੰਦੇ ਕਈਆਂ ਦੇ ਕੁਝ ਸਾਲ ਕਈਆਂ ਦੇ ਬਹੁਤ ਸਾਰੇ ਸਾਲ ਤੇ ਕਈ ਸਦੀਆਂ ਤੱਕ ਪਹੁੰਚਦੇ ਕੰਨ ਪਹਾੜ ਕੰਨ ਪੱਤਰ ਕੰਨ ਦਰਖਤ ਕੰਨ ਅੱਪਾ ਵੇਖਦੇ ਆ ਕਿਵੇਂ ਕਿਵੇਂ ਲੰਬੀ ਲੰਬੀ ਉਮਰ ਆ ਭੋਗਦੇ ਨੇ ਐਹੋ ਜੇ ਦਰਖਤ ਮਿਲਦੇ ਕੰਨ ਸਾਰੇ ਮੁਲਕਾਂ 'ਚ ਹੋਣਗੇ ਅਮਰੀਕਾ 'ਚ ਐ ਕੋ ਜੇ ਵੀ ਦਰਖਤ ਨੇ ਜਿਨ੍ਹਾਂ ਦੀ ਉਮਰ ਵੇਖੀ ਗਈ 2500 ਸਾਲ ਕਿਸੇ ਦੀ 2700 ਸਾਲ 2000 ਸਾਲ ਇਹਦਾ ਮਤਲਬ ਜਿਹੜੀ ਚੀਜ਼ ਦਾ ਜਨਮ ਹੋਇਆ ਉਹਦੀ ਮੌਤ ਅਵਾਸ਼ਈ ਸਤਿਗੁਰੂ ਕਹਿੰਦੇ ਸਾਰੇ ਸੰਸਾਰ ਦਾ ਇਹ ਮਾਰਗ ਹੈ ਫੇਤੇ ਕਿਸੇ ਨੇ ਸਦਾ ਲਈ ਬੈਠ ਨਹੀਂ ਰਹਿਣਾ ਤੇ ਉਹਦੇ ਵਿੱਚ ਆਪਣੀ ਵੀ ਵਾਰੀ ਆਉਂਦੀ ਏ ਆਪਾਂ ਉਸੇ ਹੀ ਸੰਦਰਭ ਵਿੱਚ ਉਸੇ ਲਾਈਨ ਵਿੱਚ ਆਏ ਆ ਜੇ ਆਇਆ ਉਸੇ ਤਰ੍ਹਾਂ ਤੇ ਜਾਵਾਂਗੇ ਸਾਬ ਕਹਿੰਦੇ ਚਿੰਤਾ ਹਰ ਮਨੁੱਖ ਨੂੰ ਬਹੁਤ ਵੱਡੀ ਚਿੰਤਾ ਹੈ ਕਿ ਮੌਤ ਨਾ ਆ ਜਾਵੇ ਪਰ ਨਾਲ ਹੀ ਸਤਿਗੁਰੂ ਜੀ ਬਚਨ ਕਰਦੇ ਜੋ ਜੋ ਸੋ ਬਿੰਸ ਹੈ ਜਿਹੜਾ ਪੈਦਾ ਹੋਇਆ ਉਹਨੇ ਖਤਮ ਹੋਣਾ ਹੈ ਵਕਰੀ ਗੱਲ ਹੈ ਪਰ ਉਹ ਆਜ ਕਹਿ ਕਾਲ ਕੋਈ ਅੱਜ ਚਲਾ ਗਿਆ ਕੋਈ ਕੱਲ ਚਲਾ ਜਾਏਗਾ ਸਾਡੇ ਕੰਮ ਕਰਨ ਵਾਲਾ ਨਾਨਕ ਹਰਗੁਣ ਗਾਇ ਲੈ ਛਾੜ ਸਗਲ ਜੰਜਾਲ ਕਹਿੰਦੇ ਜੰਜਾਲਾਂ ਨੂੰ ਛੱਡੋ ਤੇ ਵਾਹਿਗੁਰੂ ਦੇ ਗੁਣ ਗਾਵੋ ਮਰਨ ਦੀ ਚਿੰਤਾ ਨਹੀਂ ਚਿੰਤਾ ਤੇ ਇਹ ਕਰਨੀ ਚਾਹੀਦੀ ਕੀ ਅਨਕੂਣੀ ਗੱਲ ਕੀ ਕਹ ਮੌਦਾ ਹੋਣਾ ਅਨਕੂਣਾ ਨਹੀਂ ਅਨਕੂਣਾ ਹੈ ਭਈ ਬੰਦੇ ਨੂੰ ਨਿਰੰਕਾਰ ਨੇ ਐਨੇ ਨੇ ਕੀਮਤੀ ਖਜ਼ਾਨੇ ਦੇ ਸਰੀਰ ਵਿੱਚ ਪਾਏ ਹੋਣ ਤੇ ਬੰਦਾ ਉਹਦੇ ਤੋਂ ਲਾਭ ਇਹਨਾਂ ਲਵੇ ਅਨਕੋਣੀ ਗੱਲ ਏ ਲੱਖਾਂ ਕਰੋੜਾਂ ਅਰਬਾਂ ਖਰਬਾਂ ਰੁਪਈਆ ਇਸ ਦੇ ਅੰਦਰ ਪਿਆਖ ਹੋਵੇ ਸਰੀਰ ਚੋਂ ਪ੍ਰਗਟ ਕਰਕੇ ਸੁੱਖ ਲੈ ਸਕੇ ਤੇ ਇੱਕ ਕੋਡੀ ਕੋੜੀ ਲਈ ਤਰਸਦਾ ਫਿਰੇ ਇਹਨੂੰ ਪਤਾ ਨਾ ਲੱਗੇ ਕਿ ਮੇਰੇ ਘਰ ਖਜ਼ਾਨਾ ਭਰਿਆ ਓਹ ਅਨਕੋਣੀ ਹੈ ਓਹ ਸਾਰੀ ਸ੍ਰਿਸ਼ਟੀ ਦਾ ਮਾਲਕ ਨਿਰੰਕਾਰ ਜਿਹਦੇ ਚਰਨਾਂ ਨਾਲ ਜੁੜਿਆਂ ਜਿਨ ਕੇਵਲ ਯਾਦ ਕੀਤੇ ਸੋਖ ਤੇ ਸੁੱਖਾਂ ਦੀ ਠੰਡੀ ਕਵਾ ਆਉਣੀ ਸ਼ੁਰੂ ਹੋ ਜਾਂਦੀ ਏ ਜੋ ਜੋ ਯਾਦ ਵਾਦਤੀ ਇੱਥੋਂ ਤੋਂ ਦੀ ਯਾਦ ਵਿੱਚ ਇਨੀਆਂ ਬਰਕਤਾਂ ਨੇ ਦੁਨੀਆਂ ਦੀ ਕੋਈ ਚੀਜ਼ ਪ੍ਰਾਪਤ ਕਰ ਸਕਦੇ ਆ ਪਰ ਲੋਕ ਦੀ ਕੋਈ ਚੀਜ਼ ਪ੍ਰਾਪਤ ਕਰਨੀ ਕੋਵੇ ਕਰ ਸਕਦੇ ਆ ਤੇ ਜਦੋਂ ਉਹ ਖੁਦ ਆ ਕੇ ਪ੍ਰਗਟ ਹੋ ਜਾਵੇ ਅੰਦਰ ਜਿਹੜਾ ਕਿ ਅੰਦਰ ਬੈਠਾ ਹੈ ਸਾਹਮਣੇ ਖਾਉਣ ਦਾ ਪੜਦਾ ਹੈ ਪਰ ਉਹ ਰੱਬ ਖੋ ਸਕਦੇ ਸਾਂ ਅਨਖੋਣੀ ਗੱਲ ਏ ਕਿ ਜਿਹੜਾ ਨਿਰੰਕਾਰ ਨੂੰ ਯਾਦ ਕੀਤੇ ਆਂ ਬਰਕਤਾਂ ਪਿੱਛੇ ਪਿੱਛੇ ਆਉਣੀਆਂ ਸਨ ਜਿਸ ਨਿਰੰਕਾਰ ਦਾ ਨਾਮ ਲਿਆ ਲੋਕ ਪਰਲੋਕ ਦੇ ਸੁੱਖ ਮਿਲਨੇ ਸਨ ਉਹ ਲੈ ਨਹੀਂ ਇਹ ਅਨਖੋਣੀ ਗੱਲ ਏ ਸਾਰੀ ਜ਼ਿੰਦਗੀ ਕਲਪਦਿਆਂ ਦੁਖੀ ਖੁੰਦਿਆਂ ਅਸ਼ਾਂਤ ਲੜਦਿਆਂ ਭੜਦੀ ਅੰਗ ਗੁਜ਼ਰ ਜਾਂਦੇ ਕਾਰਨ ਦੁਨੀਆ ਦੀ ਇੱਕ ਸਚਾਈ ਸਤਿਗੁਰੂ ਜੀ ਨੇ ਬਿਆਨ ਕੀਤੀ ਹੈ ਨਾਨਕ ਦੁਖੀਆ ਸਭ ਸੰਸਾਰ ਕਹਿੰਦੇ ਸਾਰਾ ਸੰਸਾਰ ਦੁਖੀ ਜੇ ਮਹਾਰਾਜ ਜੀ ਸਾਨੂੰ ਲੱਗਦਾ ਜਿਨ੍ਹਾਂ ਕੋਲ 4 ਪੈਸੇ ਨਹੀਂ ਉਹ ਦੁਖੀ ਨੇ ਪੈਸੇ ਵਾਲਿਆਂ ਕੋਲ ਤੁਸੀਂ ਵੇਖਦੇ ਆ ਸੋਹਣੇ ਮਕਾਨ ਨੇ ਸੋਹਣੀਆਂ ਗੱਡੀਆਂ ਨੇ ਸੋਹਣੇ ਜਹਾਜ਼ਾਂ ਦੇ ਸਫ਼ਰ ਨੇ ਦੁਨੀਆ ਦੇ ਹਰ ਤਰ੍ਹਾਂ ਦੇ ਪਦਾਰਥ ਮੌਜੂਦ ਨੇ ਬੜੇ ਸੁਖੀ ਹੋਣਗੇ ਸਤਿਗੁਰੂ ਕਹਿੰਦੇ ਨਹੀਂ ਵੇਖਿਆ ਜੇ ਕੈਨ ਲੱਗੇ ਤੇ ਕੁਛ ਵੀ ਨਹੀਂ ਜੇ ਬੰਦਾ ਇੱਕ ਦੇਸ਼ ਦਾ ਰਾਜਾ ਵੀ ਬਣ ਜਾਵੇ ਕੋਈ ਵੱਡੀ ਗੱਲ ਨਹੀਂ ਸਾਰੀ ਦੁਨੀਆ ਦਾ ਰਾਜਾ ਖੋਵੇ ਉਹ ਵੀ ਦੁਖੀ ਹੈ ਪਰੇਸ਼ਾਨ ਹੈ ਅਸ਼ਾਂਤ ਹੈ ਸਤਿਕਰਨ ਦਾ ਬਚਨ ਹੈ ਸકલ ਸ੍ਰਿਸ਼ਟ ਕੋ ਰਾਜਾ ਦੁਖੀ ਆ ਦੁਖੀ ਹੈ ਸਾਰਾ ਸੰਸਾਰ ਬਾਬਾ ਫਰੀਦ ਸਾਹਿਬ ਦਾ ਇੱਕ ਬੱਚਾ ਨੇ ਉਹ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਮਾਇ ਜੱਗ ਉਹ ਕਹਿੰਦੇ ਮੈਂ ਸੋਚਿਆ ਸੀ ਕੇਵਲ ਦੁੱਖ ਮੈਨੂੰ ਹੈ ਪਰ ਇਹ ਤਾਂ ਦੁੱਖ ਸਾਰ ਜਗਤਵਲ ਝਾਤ ਮਰਦਾ ਹਰ ਆਦਮੀ ਦੁਖੀ ਊਚੈ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਉੱਚੀ ਸੁਰਤ ਕਰਕੇ ਵੇਖਿਆ ਤੇ ਘਰ ਘਰ ਅੱਗਾਂ ਵੱਲ ਰਹੀਆਂ ਨੇ ਦੁਖੀਏ ਇਨਸਾਨ ਕਿਉਂ ਦੁਖੀ ਹੈ ਇਹ ਅਨਖੋਣੀ ਗੱਲ ਏ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਅੰਦਰ ਬੈਠਾ ਸੀ ਹਰ ਆਦਮੀ ਦੇ ਇਹ ਵੀ ਨਹੀਂ ਵੀ ਪ੍ਰਮਾਤਮਾ ਕੱਲੇ ਸਿੱਖਾਂ ਦੇ શરીਰਾ ਚ ਹੋਵੇ ਹਿੰਦੂ ਤੇ ਮੁਸਲਮਾਨਾਂ ਚ ਨਾ ਹੋਵੇ ਜਾਂ ਹਿੰਦੂ ਮੁਸਲਮਾਨਾਂ ਚ ਹੋਵੇ ਤੇ ਅੰਗਰੇਜ਼ ਲੋਕਾਂ ਚ ਨਾ ਹੋਵੇ ਨਹੀਂ ਹਰ ਜਰੇ ਜਰੇ ਅੰਦਰ ਉਹ ਵਸਦਾ ਹਰ ਮਨੁੱਖੀ ਸਰੀਰ ਦੇ ਅੰਦਰ ਉਹ ਦਿਖੋਂਦੇ ਪਰ ਉਹਦੇ ਤੋਂ ਲਾਭ ਨਾ ਲੈਣਾ ਉਦੇ ਨਾਲ ਨਾ ਜੁੜਨ ਕਰਕੇ ਗੁਰੂ ਕੇ ਪਿਆਰਿਓ ਦੁੱਖ ਭੋਗ ਦੇਖਾਂ ਸਾਰਾ ਜਗਤ ਦੁਖੀ ਹੈ ਸੁਖ ਕਿਦੇ ਨਾਲ ਮਿਲਣਾ ਸੀ ਸਕਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਇ ਸੁਖੀਆ ਊ ਨਾ ਲੈਣ ਕਾਰਣ ਅਨਕੋਣਾ ਪਿਰੋਂਦੇ ਆਏ ਜਦੋਂ ਬੱਚੇ ਦਾ ਜਨਮ ਹੁੰਦਾ ਰੋਂਦਾ ਹੁੰਦਾ ਹੈ ساری ਜ਼ਿੰਦਗੀ ਰੋਣੇ ਰੋਏ ਤੇ ਤੁਰ ਵੀ ਰੋਂਦਾ ਹੀ ਗਿਆ ਸਵਾਗਤਾਂ ਜਦੋਂ ਜਨਮ ਆ ਰੋਂਦੇ ਆਏ ਹੱਸਦੇ ਜੀਵਨ ਗੁਜ਼ਰੇ ਤੇ ਖਸਦੇ ਖਸਦੇ ਇਸ ਦੁਨੀਆ ਚ ਤੁਰ ਜਾਈਏ ਗੁਰੂ ਕੇ ਪਿਆਰਿਓ ਬਹੁਤੇ ਲੋਕ ਤੇ ਤਾਂ ਹੀ ਪਾਪ ਕਰੀ ਜਾਂਦੇ ਨੇ ਉਹਨਾਂ ਨੂੰ ਲੱਗਦਾ ਬਸ ਇਹ ਜਨਮ ਤੇ ਮੌਤ ਦੇ ਵਿਚਕਾਰ ਇੱਕ ਜੀਵਨ ਮਿਲਿਆ ਨਾ ਅੱਗਾ ਕਿਸੇ ਵੇਖਿਆ ਨਾ ਪਿੱਛਾ ਪਰ ਸਤਿਗੁਰੂ ਕਹਿੰਦੇ ਨਹੀਂ ਇਸ ਜਨਮ ਤੋਂ ਪਹਿਲਾਂ ਤੇ ਕਈ ਜਨਮ ਖੋਏ ਕਾਂ ਨਾਮ ਨਾਲ ਆ ਜੁੜੇਗਾ ਇਸ ਮੌਤ ਤੋਂ ਬਾਅਦ ਤੇਰੇ ਕਈ ਜਨਮਾਂ ਦਾ ਦੁੱਖ ਤੇਰੇ ਲਈ ਤਿਆਰ ਖੜਾ ਹੈ ਤੈਨੂੰ ਭੋਗਣੇ ਪੈਣਗੇ ਜਨਮ ਦੀ ਸ਼ੁਰੂਆਤ ਸਾਡੀ ਨਹੀਂ ਇਸ ਜਨਮ ਨਾਲ ਬੜੇ ਚਿਰ ਤੋਂ ਤੁਰੇ ਖੋਇਆ ਚਿਰੰਗ ਕਾਲ ਇਹ ਦੇਹ ਸੰਜਰੀਆ ਬਹੁਤ ਦੇਰ ਬਾਅਦ ਮਿਲੀ ਬੜੇ ਬੜੇ ਵੱਡੇ ਪਾਪ ਕੀਤੇ ਜਾਂਦੇ ਕਾ ਅਸੀਂ ਭੁੱਲ ਜਾਂਦੇ ਹਾਂ ਰੱਬ ਨੂੰ ਭੁੱਲ ਕੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਵੱਡੇ ਨਾਂ ਰੱਖ ਲਵਾਂਗੇ ਤੇ ਇਹਦੇ ਨਾਲ ਅਸੀਂ ਇਸ ਦੁਨੀਆ ਚ ਸਦਾ ਲਈ ਰਹਿ ਜਾਵਾਂਗੇ ਪਰੂ ਖਰਾਨ ਕੋਈ ਦਾਕਾ ਹੈ ਜਦੋਂ ਤੁਸੀਂ ਵੇਖਦੇ ਨਾ ਅਕਬਰ ਬਾਦਸ਼ਾ ਉਹਦਾ ਨਾਮ ਨਹੀਂ ਸੀ ਅਕਬਰ ਨਾਮ ਸੀ ਜਲਾਲਉਦੀਨ ਪਰ ਉਹਨੇ ਆਪਣਾ ਬਾਦਸ਼ਾ ਬਣ ਕੇ ਰੱਖ ਲਿਆ ਅਕਬਰ ਅਕਬਰ ਦਾ ਅਰਥ ਹੁੰਦਾ ਵੱਡਾ ਕਹਿੰਦੇ ਨੇ ਨਾ ਇਸਲਾਮ ਅੰਦਰ ਅੱਲਾਹੂ ਅਕਬਰ ਅੱਲਾ ਹੀ ਵੱਡਾ ਹੈ ਉਹ ਜਲਾਲਉਦੀਨ ਬਾਦਸ਼ਾ ਬਣ ਕੇ ਕਹਿੰਦਾ ਸਭ ਤੋਂ ਵੱਡਾ ਮੈਂ ਕਾ ਪਰ ਵੱਡਾ ਕਹਿਣ ਵਾਲਾ ਕਿੱਥੇ ਚਲਾ ਗਿਆ ਮੌਤ ਉਹਨੂੰ ਲੈ ਗਈ ਉਹਦਾ ਲਿਖਾਜ ਨਹੀਂ ਕੀਤਾ ਉਹਦੇ ਪੁੱਤ ਦਾ ਨਾਮ ਸੀ ਸਲੀਮ ਪਰ ਉਹਨੇ ਨਾਮ ਰੱਖਿਆ ਜਹਾਂਗੀਰ ਸਾਰੀ ਦੁਨੀਆ ਦੀ ਜਹਾਂ ਜਹਾਨ ਦੁਨੀਆ ਤੇ ਗੀਰ ਪਕੜਨਾ ਸਾਰੀ ਦੁਨੀਆ ਤੋਂ ਵੱਡਾ ਜਿਹੜਾ ਹੈ ਉਸ ਦਾ ਮਤਲਬ ਸਾਰਾ ਜਹਾਨ ਮੇਰੀ ਮੁਠੀ ਵਿੱਚ ਮੈਂ ਪਕੜਿਆ ਹੋਇਆ ਜਿਨੇ ਪੂਰਾ ਜਹਾਨ ਮੁਠੀ ਚ ਪਕੜਿਆ ਆਪਣਾ ਤਖੱਲਸ ਰੱਖਿਆ ਹੈ ਉਹ ਆਪ ਹੀ ਮਿੱਟੀ ਦੀ ਮੁੱਠੀ ਬਣ ਕੇ ਰਹਿ ਗਿਆ ਕਿਸੇ ਬਾਤ ਨਾ ਪੁੱਛੀ ਕੌਣ ਏ ਜਹਾਂਗੀਰ ਤੇ ਕਿੱਛੇ ਪੈਦਾ ਹੋਇਆ ਤੇ ਕਿਦਰ ਤੁਰ ਗਿਆ ਇਹਦਾ ਮੁੰਡਾ ਸੀ ਖੁਰਮ ਪਰ ਉਹਨੇ ਨਾਂ ਰੱਖਿਆ ਸ਼ਾਹ ਜਹਾਂ। ਸਾਰੀ ਦੁਨੀਆ ਦਾ ਸ਼ਾਹ ਜਿਵੇਂ ਕਿਹਾ ਨਾ ਅਕਬਰ ਸਭ ਤੋਂ ਵੱਡਾ ਉਹਨੇ ਜਹਾਂਗੀਰ ਪਈ ਸਾਰਾ ਜਹਾਨ ਮੇਰੀ ਮੁੱਠੀ ਵਿੱਚ ਇਨ ਸ਼ਾਹ ਜਹਾਂਨ ਪੂਰੇ ਜਹਾਨ ਦਾ ਸ਼ਾਹ ਸਭ ਤੋਂ ਉੱਚਾ ਹੈ ਹੁਕਮ ਕਰਨ ਵਾਲਾ ਮੌਤ ਨੇ ਉਹਨੂੰ ਵੀ ਰੁਲਾ ਦਿੱਤਾ ਮੌਤ ਨੇ ਤਿੱਕੀ ਮੌਤ ਤੋਂ ਪਹਿਲਾਂ ਹੀ ਉਹਦੇ ਪੁੱਤਰ ਨੇ ਜੇਲ੍ਹ ਚ ਬੰਦ ਕਰਕੇ ਪਾਣੀ ਦੇ ਖਣੋ ਵੀ ਤਰਸਾਇਆ ਕਿੱਥੇ ਤਾਂ ਬਾਦਸ਼ਾਹ ਕਹਿੰਦਾ ਹੈ ਕੁਲ ਜਹਾਨ ਦਾ ਮਾਲਕ ਤੇ ਕਿਦਰ ਇੱਕ ਪਾਣੀ ਦੇ ਕਟੋਰੇ ਨੂੰ ਤਰਸਦਾ ਪਿਆ ਹੈ ਇਹ ਵੱਡਾ ਬਣ ਕੇ ਬਾਦਸ਼ਾਹ ਬਣ ਕੇ ਨਾਰ ਖਾ ਕੇ ਪੈਸੇ ਨਾਲ ਨਹੀਂ ਕਦੇ ਕੋਈ ਸੁੱਖੀ ਖੋਇਆ ਉਰੰਗਜੀਤ ਦਾ ਨਾਮ ਤੇ ਮਾਪਿਆਂ ਰੱਖਿਆ ਸੀ ਮਹੀਉਦੀਨ ਪਰ ਇਹਨੇ ਤਕल्लਸ ਰੱਖ ਲਿਆ ਉਰੰਗਜੀਵ ਗੁਰੂ ਕੇ ਪਿਆਰੇ ਉਰੰਗ ਕਹਿੰਦੇ ਤਖਤ ਨੂੰ ਜੀਵ ਕਹਿੰਦੇ ਸ਼ੋਭਾ ਨੂੰ ਤਖਤ ਦੀ ਸ਼ੋਭਾ ਕਹਿੰਦੇ ਜਿੱਥੇ ਬੈਠਦਾ ਤਖਤਾਂ ਦੀ ਸ਼ੋਭਾ ਬਣ ਜਾਂਦੀ ਇਸ ਬੈਠਣ ਵਾਲੇ ਨੇ ਅੰਤਾਂ ਦੀ ਜ਼ੁਲਮ ਕੀਤੇ ਨੇ ਪਰ ਉਹਨੇ ਤਕल्लਸ ਰੱਖਿਆ ਤਖਤ ਦੀ ਸ਼ੋਭਾ ਜਿਹੜਾ ਕਿ ਆਪਣੇ ਭਰਾਵਾਂ ਦਾ ਕਾਤਲ ਹੈ ਭੈਣ ਦਾ ਕਾਤਲ ਹੈ ਸੋ ਫ਼ਕੀਰਾਂ ਦਾ ਕਤਲ ਇਤਨ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਕਤਲ ਗੁਰੂ ਕੇ ਸਾਹਿਬ ਜਾਦਿਆਂ ਦਾ ਇਹਦੇ ਹੁਕਮ ਨਾਲ ਪਿਆਰਿਓ ਕਤਲ ਖੁੰਦੀ ਕਹਿਨ ਤੁਮਰਾ ਇਹ ਹਜ਼ਾਰਾਂ ਲੱਖਾਂ ਲੋਕਾਂ ਦਾ ਕਤਲ ਪੂਰੇ ਹਿੰਦੂ ਧਰਮ ਮੰਦਰ ਕਿੰਨੇ ਕੁ ਲੋਕ ਇਹਨੇ ਮਾਰੇ ਪਰ ਉਹ ਤਖਤ ਦੀ ਸ਼ੋਭਾ ਤੈਨਾਂ ਹੋਇਆ ਤੇ ਤਖਤ ਨੂੰ ਕਲੰਕ ਹੋਇਆ ਪਰ ਖੈਰ ਜਦੋਂ ਇਹਨੂੰ ਵੀ ਸਾਹਮਣੇ ਆ ਕੇ ਮੌਤ ਦਿੱਸਦੀ ਏ ਤੇ ਤਰਲੇ ਕੱਢਦਾ ਕਹਿ ਅਖੀਰ ਨੂੰ ਕਹਿਣਾ ਪਿਆ ਇਸ ਨੂੰ ਪਈ ਜਿੱਥੇ ਮੇਰੀ ਕਬਰ ਬਣਾਈ ਜਾਵੇ ਉਥੇ ਨੇੜੇ ਕਿਦਰੇ ਕੋਈ ਬੂਟਾ ਨਾ ਲਾਵੇ ਕਿਉਂਕਿ ਮੈਂ ਸਜ਼ਾ ਦਾ ਹੱਕਦਾਰ ਹੀ ਆਂ ਗੱਲ ਕਰ ਰਿਹਾ ਸਾਂ ਪਈ ਸਤਿਗੁਰੂ ਜੀ ਕਹਿੰਦੇ ਨੇ ਮੌਤ ਤੋਂ ਬਚਿਆ ਨਹੀਂ ਜਾ ਸਕਦਾ ਮੌਤ ਆਉਣੀ ਅਨਖੋਣੀ ਨਹੀਂ ਬਾਦਸ਼ਾਹਾਂ ਨੂੰ ਵੀ ਆਈ ਪਰਜਾਂ ਨੂੰ ਵੀ ਆਉਣੀ ਹੈ ਇਹਦੇ ਚ ਕੋਈ ਅਨਖੋਣੀ ਚਿੰਤਾ ਨਾ ਕਰੋ ਉਹਦੇ ਰਾਂ ਹੀ ਲੰਘਣਾ ਹੀ ਪੈਣਾ ਜੇ ਜਨਮ ਹੋਇਆ ਤੇ ਉਹਦੇ ਚੰਨੀ ਲੰਘਣਾ ਪੈਣਾ ਪੈਸੇ ਨਾਲ ਵੱਡੇ ਖੋ ਕੇ ਤੁਸੀਂ ਸੁਖੀ ਨਹੀਂ ਹੋਣਾ ਮੌਤ ਤੋਂ ਨਹੀਂ ਬਚ ਸਕਣਾ ਕੋਈ ਨਾ ਕੋਈ ਪਦਮੀਆਂ ਲੈ ਕੇ ਤਖੱਲਸ ਰੱਖ ਕੇ ਦਵਾਈ ਬੂਟੀ ਖਾ ਕੇ ਕੁਝ ਨਹੀਂ ਹੋਣਾ ਮੌਤ ਆਉਣੀ ਆਉਣੀ ਸਵਾਲ ਇਹ ਵੀ ਜੋ ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਇਹ ਨਾਨਕ ਹਰ ਗੁਣ ਗਾਹਲੇ ਮੌਤ ਤੋਂ ਪਹਿਲਾ ਪਹਿਲਾਂ ਕੀ ਕਰਨਾ ਸੀ ਪਰਮੇਸ਼ਰ ਦਾ ਨਾਮ ਜਪ ਕੇ ਹੰਦਰ ਨੂੰ ਸੁਖੀ ਕਰਨਾ ਸੀ ਮੌਤ ਆਏਗੀ ਪਰ ਮੌਤ ਤੋਂ ਬਾਅਦ ਪਿਆਰਿਓ ਕੋਈ ਰੋਣਾ ਤੋਣਾ ਤੇ ਕੋ ਜਨਮ ਨਹੀਂ ਖੋਣਗੇ ਸਗੋਂ ਉਹ ਪਰਮੇਸ਼ਰ ਦੇ ਘਰ ਵਿੱਚ ਜਾਵਾਂਗੇ ਮੌਤ ਤੋਂ ਬਾਅਦ ਨਹੀਂ ਜੁੰਦਿਆਂ ਜੀ ਉਹਦਾ ਦਰ ਦਿਸਦਾ ਹੈ ਮੇਰੇ ਸਤਕਰਾਂ ਦੇ ਇੱਕ ਬੱਚਾ ਹੈ ਨਹੀਂ ਕਹਿੰਦੇ ਤੁਸੀਂ ਵੇਖਦੇ ਹੋ ਨਾ ਨਦੀਆਂ ਦਾ ਪਾਣੀ ਜੇ ਕਿਸੇ ਦੇ ਵਕਤ ਹੀ ਨਦੀ ਚੁੱਛੋੜਾ ਪਾਣੀ ਵੱਖ ਹੋ ਜਾਵੇ ਉਹ ਦੁਬਾਰਾ ਮਿਲਣਾ ਚਾਵੇ ਤੇ ਕੋਈ ਸੰਜੋਗ ਬਣੇ ਤੇ ਉਹ ਪਾਣੀ ਦੁਬਾਰਾ ਘੁੰਮ ਕੇ ਨਦੀ ਨਾਲ ਮਿਲਦਾ ਏ ਨਹੀਂ ਤੂੰ ਵੱਖਰਾ ਹੋ ਕੇ ਕਿਧਰੇ ਸੁੱਕ ਜਾਂਦਾ ਮੌਤ ਕੋ ਜਾਂਦੀ ਕਹਿੰਦੇ ਜਿਹੜੀ ਆਤਮਾ ਨਿਰੰਕਾਰ ਨਾਲੋਂ ਵਿਛੜ ਗਈ ਉਹ ਉਹ ਜਦੋਂ ਵਿਛੜੀ ਤੇ ਉਹਨੇ ਥੋੜਾ ਚਿਰ ਤੁਰ ਕੇ ਮੁੱਕ ਜਾਣਾ ਮੌਤ ਹੋਏਗੀ ਪਰ ਜਿਨ੍ਹਾਂ ਤੇ ਉਹਦੀ ਕਿਰਪਾ ਹੋਵੇ ਨਿਰੰਕਾਰ ਦੀ ਖੁਸ਼ ਹੋਵੇ ਉਹਨਾਂ ਟੁੱਟਿਆ ਨੂੰ ਪਹਿਲਾ ਆਪਣੀ ਸੰਗਤ ਮਿਲਾ ਦੇਂਦਾ ਕਹੇ ਸਤ ਗੁਰਾਂ ਦੇ ਬੱਚਿਆਂ ਨੇ ਸਾਬ ਕਹਿੰਦੇ ਨਦੀਆਂ ਵਾਹਿ ਸੁਨੀਆਂ ਮੇਲਾ ਸੰਜੋਗੀਰਾ ਕਹਿੰਦੇ ਉਸ ਨਾਲ ਸੰਜੋਗ ਬੰਨਣਾ ਸੰਗਤ ਨਾਲ ਪਰਮੇਸ਼ਰ ਨਾਲ ਇਹ ਉਹਦੇ ਹੁਕਮ ਨਾਲ ਹੀ ਬਣਦਾ ਹੈ ਵਿਛੜ ਕੇ ਮੌਤਾਂ ਬਹੁਤ ਹੋ ਰੀਆਂ ਨੇ ਉਹਦੇ ਨਾਲ ਮਿਲ ਕੇ ਜੀਵਨ ਨੂੰ ਸਫਲ ਕਰਨਾ ਤੇ ਤੁਰਨਾ ਵਿਰਲੀਆਂ ਰੂਹਾਂ ਨੇ ਬੰਦਾ ਕਿਉਂ ਵਿਛੜਦਾ ਹੈ ਕਿਉਂ ਦੁਖੀ ਹੁੰਦਾ ਏ ਸਹਿਬ ਕਹਿੰਦੇ ਜੁਗ ਜੁਗ ਮਿੱਠਾ ਵਿਸਪਰੇ ਕੋ ਜਾਣੇ ਜੋਗੀ RAM ਕਹਿੰਦੇ ਜਿਹੜੀ ਸੀ ਗੱਲ ਕਰ ਰਹੇ ਆ ਨਾ ਕਿਸੇ ਵਿਰਲੇ ਜੋਗੀ ਨੂੰ ਜੁੜੇ ਕੋਏ ਨੂੰ ਇਸ ਗੱਲ ਦੀ ਸਮਝ ਆਉਂਦੀ ਜਿਹੜੀਆਂ ਦੁਨੀਆਂ ਦੀਆਂ ਚੀਜ਼ਾਂ ਪਦਾਰਥ ਸਭ ਕੁਝ ਦੇਦਾ ਮਿੱਠਾ ਬੜਾ ਹੈ ਮਿੱਠਾ ਜਾਣ ਕੇ ਬੰਦਾ ਇਹਨਾਂ ਨੂੰ ਪਿਆਰ ਕਰਦਾ ਪਰ ਉਹਦੇ ਮਗਰ ਜ਼ਹਿਰ ਲੁਕੀ ਖੋਈ ਸੀ ਜੇ ਮੱਛੀ ਨੂੰ ਜਦੋਂ ਕੋਈ ਪਕੜਦਾ ਤੇ ਕੁੰਡੀ ਨਾਲ ਕੋਈ ਨਾ ਕੋਈ ਮਾਸ ਦਾ ਟੁਕੜਾ ਲਾਇਆ ਸੀ ਉਹਨੂੰ ਦਿਸਦੀ ਨਹੀਂ ਕਿ ਇਹਦੇ ਮਗਰ ਤੇ ਮੌਤ ਖੜੀ ਏ ਬੰਦੇ ਨੂੰ ਦਿਸਦਾ ਨਹੀਂ ਐ ਮਿੱਠੀਆਂ ਚੀਜ਼ਾਂ ਜਗਤ ਨੂੰ ਮਿੱਠਾ ਜਾਣ ਕੇ ਐਨਾ ਪਿਆਰ ਕਰਦਾ ਇਹਨੂੰ ਰੱਬ ਦਾ ਚੇਤਾ ਵੀ ਨਹੀਂ ਰਹਿੰਦਾ ਕਿ ਮੈਨੂੰ ਇਹਨੇ ਪੈਦਾ ਕਿਉਂ ਕੀਤਾ ਮੇਰਾ ਕੋਈ ਜੀਵਨ ਦਾ ਮਕਸਦ ਏ ਇਹ ਤੇ ਇਨਾ ਗਿਆਨੀ ਕਹੇਗਾ ਮੈਂ ਰੱਬ ਤੇ ਵਿਸ਼ਵਾਸ ਕਰਦਾ ਜਾਂ ਮੈਂ ਨਹੀਂ ਰੱਬ ਤੇ ਵਿਸ਼ਵਾਸ ਕਰਦਾ ਜਿਵੇਂ ਕੋਈ ਦੀ ਬਹੁਤ ਛੋਟੀ ਜੀ ਗੱਲ ਹੋਵੇ ਮਮੋਲੀ ਜੀ ਸਹਿਬ ਕਹਿੰਦੇ ਇਹ ਜਿਹੜਾ ਮਿੱਠਾ ਖਾਦਾ ਤੇ ਉਸ ਪ੍ਰਮਾਤਮਾ ਨੂੰ ਭੁੱਲਿਆ ਇਹ ਜ਼ਹਿਰ ਬਣ ਕੇ ਨਾ ਕਈ ਜੁਗਾਂ ਦੇ ਯੁੱਗ ਇਹ ਦੁੱਖਾਂ ਵਿੱਚ ਆਤਮਾ ਨੂੰ ਲੰਗਾਉਣੇ ਪੈਂਦੇ ਨੇ ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ ਕਹਿੰਦੇ ਕੋਈ ਜਿਨੂੰ ਸਤਿਗੁਰੂ ਪੂਰਾ ਮਿਲ ਜਾਏ ਨਾ ਉਹੀ ਸਹਿਜ ਅਵਸਥਾ ਵਿੱਚ ਹੁੰਦਾ ਉਹਦਾ ਮਨ ਨਾਮ ਜਪ ਕੇ ਸ਼ਾਂਤ ਹੁੰਦਾ ਏ ਤੇ ਉਹ ਪਛਾਣਦਾ ਆਹ ਕੌਣ ਮੇਰੇ ਅੰਦਰ ਬੈਠਾ ਹੈ ਪ੍ਰਮਾਤਮਾ ਮੈਂ ਤੇ ਬਾਹਰ ਲੱਭਦਾ ਫਿਰਦਾ ਆਂ ਪਿਓ ਲੋਕੋ ਕੀ ਕਰਾਂ ਸਾਰਾ ਕੁਝ ਕੋਲ ਮੈਂ ਦੁਖੀ ਆਂ ਸਹਿਬ ਕਹਿੰਦੇ ਜੇ ਸਤਿਗੁਰੂ ਦੇ ਆਖੇ ਲੱਗ ਕੇ ਨਾਮ ਜਪ ਕੇ ਅੰਦਰ ਜਾਵੇਂ ਤੈਨੂੰ ਦੁਨੀਆ ਨੂੰ ਪੁੱਛਣ ਦੀ ਲੋੜ ਨਹੀਂ ਪਵੇਗੀ ਉਹ ਅੰਦਰੋਂ ਬੈਠਾ ਤੇਰੇ ਨਾਲ ਗੱਲ ਕਰਕੇ ਤੈਨੂੰ ਸੁਖੀ ਕਰੇਗਾ ਬਿਨ ਨਾਮ ਹਰ ਕੇ ਭਰਮ ਪੂਲੇ ਪਚੈ ਮੁਗਦ ਅਚੇਤਿਆ ਪਰ ਨਾਮ ਤੋਂ ਬਿਨਾ ਬੰਦਾ ਪਟਕਦਾ ਏ ਖਤਮ ਹੁੰਦਾ ਨਾਸ ਖੋ ਜਾਂਦਾ ਏ ਮੂਰਖੇ ਸਤਿਗੁਰੂ ਦਾ ਬਚਨ ਹੈ ਹਰ ਭਗ ਹਰ ਨਾਮ ਭਗਤਨਾ ਹਿਰਦੈ ਸਾਚਾ ਸੇਅੰਤ ਤਾਂ ਹੀ ਰੁੰਨਿਆ ਆ ਜੇ ਕਹਾਣੀ ਕਹਿੰਦੇ ਮੌਤ ਤੋਂ ਨਾ ਡਰੋ ਇੱਕ ਇੱਕ ਸਵਾਸ ਉਹਨੇ ਲਿਖਿਆ ਹੈ ਕਈਆਂ ਨੂੰ ਵੇਖਦੇ ਹੋ ਨਾ ਹੋ ਮੌਤ ਮੰਗਦੇ ਨਹੀਂ ਪਰ ਮੌਤ ਆਉਂਦੀ ਨਹੀਂ ਸਰੀਰ ਨੂੰ ਦੁੱਖ ਜਾਦੇ ਨੇ ਘਰ ਵਿੱਚ ਕਲੇਸ਼ ਇਹਨਾਂ ਮੌਤ ਮੰਗਦੇ ਉਹਨਾਂ ਨੂੰ ਮੌਤ ਮਿਲਦੀ ਨਹੀਂ ਪਰ ਕਈਆਂ ਨੂੰ ਮੌਤ ਇੱਕਦਾਂ ਹੀ ਲੈ ਜਾਂਦੀ ਹੈ ਪਤਾ ਨਹੀਂ ਲੱਗਦਾ ਜੇ ਸੋਚਿਆ ਵੀ ਨਹੀਂ ਕਿ ਹੁਣੇ ਆ ਜਾਏਗੀ ਸਤਿਗੁਰੂ ਕਹਿੰਦੇ ਮੌਤ ਤੇ ਆਏਗੀ ਪਰ ਜੇਕਰ ਅੰਦਰ ਵਾਹਿਗੁਰੂ ਲਈ ਪਿਆਰ ਨਾ ਹੋਇਆ ਨਾਮ ਨਾ ਹੋਇਆ ਹਿਰਦੇ 'ਚ ਤੇ ਅੰਤ ਤੱਕ ਹੀ ਰੁੰਨਿਆ ਤਾਂ ਹਮਾਰ ਦੇ ਤੇ ਰੋਂਦੇ ਰੋਂਦੇ ਸੁ ਦੁਨੀਆ ਤੋਂ ਤੁਰਨਾ ਪਵੇਗਾ ਰੋਂਦੇ ਰੋਂਦੇ ਹੱਸ ਕੇ ਨੇ ਬੜਾ ਪਿਆਰਾ ਬਚਨ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਨੇ RAM ਕਲੀ ਸੱਦ ਵਿੱਚ ਸਮਝਾਇਆ ਸਤਿਗੁਰਾਂ ਨੇ ਜਦੋਂ ਗੁਰੂ RAMਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਸਾਰੀ ਸੰਗਤ ਸਮਝ ਗਈ ਹੁਣ ਗੁਰੂ ਅਮਰਦਾਸ ਪਿਤਾ ਜੀ ਜੋਤੀ ਜੋਤ ਸਮਾ ਜਾਣਗੇ ਬਹੁਤ ਸੰਗਤ ਰੋਈ ਬੇਬਲ ਕੋਈ ਸਾਰਾ ਉਹਨਾਂ ਦਾ ਰੋਣਾ ਪਿਆਰ ਵੇਖਿਆ ਨਹੀਂ ਸੀ ਜਾਂਦਾ ਤਨ ਗੁਰੂ ਅਮਰਦਾਸ ਪਿਤਾ ਜੀ ਨੇ ਸਾਰੀ ਸੰਗਤ ਪਰਿਵਾਰ ਨੂੰ ਬੁਲਾਇਆ ਕੋਲ ਬਿਠਾਇਆ ਧੀਰੇ ਦਿੱਤੀ ਸਤਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤਮੇ ਪਿੱਛੇ ਕੋਈ ਰੋਵ ਸੀ ਸੋਮੇ ਮੂਲ ਨਾ ਪਾਇਆ ਸਤਗੁਰੂ ਕਹਿੰਦੇ ਸੀ ਚੋਲਾ ਬਦਲਣਾ ਕਿਸ ਰੋਣਾ ਪਿੱਟਣਾ ਨਹੀਂ ਜਿਹੜਾ ਰੋਏਗਾ ਸਾਨੂੰ ਚੰਗਾ ਨਹੀਂ ਲੱਗੇਗਾ ਮਹਾਰਾਜ ਜੀ ਪਿਆਰ ਦੀਆਂ ਤੰਦਾ ਨੇ ਮਜਬੂਰੀ ਕਹਿ ਵਿਛੋੜਾ ਕਿਵੇਂ ਚੱਲਾਂਗੇ ਸਤਿਗੁਰੂ ਜੀ ਨੇ ਬੜੇ ਪਿਆਰੇ ਬਚਨ ਉੱਤੇ ਸਮਝਾਏ ਸਭ ਕਹਿੰਦੇ ਤੁਹਾਡੇ ਸਾਹਮਣੇ ਕੋਈ ਆਦਮੀ ਦੁਨੀਆ 'ਚ ਬਹੁਤ ਚੰਗੇ ਕਰਮ ਕਰੇ ਮਨੁੱਖਤਾ ਦਾ ਭਲਾ ਕਰੇ ਦੇਸ਼ ਕੌਮ ਸੋਸਾਇਟੀ ਦੇ ਕੰਮ ਆਵੇ ਉਹਦੇ ਉਹਦੇ ਰਾਂਝੀ ਜੀਵਾਂ ਤੇ ਪਰ ਉਪਕਾਰ ਖੋਵੇ ਤਾਂ ਉਹਨੂੰ ਸੁਸਾਇਟੀਆਂ ਸਭਾ ਬਣੀਆਂ ਦੁਨੀਆ 'ੰਦੇ ਲੋਕ ਸਨਮਾਨ ਦਿੰਦੇ ਨੇ ਜਦੋਂ ਕਿਸੇ ਦਾ ਸਨਮਾਨ ਸਮਾਰੋਹ ਹੋਵੇ ਉਦੋਂ ਨੂੰ ਪਿਆਰ ਕਰਨ ਵਾਲੇ ਰੋਂਦੇ ਚੰਗੇ ਲੱਗਦੇ ਕਿ ਖਸਦੇ ਕਹਿਣ ਲੱਗੇ ਜੀ ਖਸਦੇ ਕਹਿਣ ਲੱਗੇ ਬਸ ਇਹੀ ਕਹਾਣੀ ਹੈ ਜਦੋਂ ਕੋਈ ਬੰਦਾ ਨਾਮ ਤੋਂ ਟੁੱਟ ਕੇ ਕਿਸੇ ਦੀ ਮੌਤ ਹੁੰਦੀ ਹੈ ਉਹਨਾਂ ਜਾਣਾ ਹੋਵੇ ਉਹਨੂੰ ਰੋਵੋ ਪਰ ਉਹਦਾ અપਮਾਨ ਹੋ ਗਿਆ ਇਹਨ ਕੀਮਤੀ ਜ਼ਿੰਦਗੀ ਮਿਲੀ ਉਹਨੂੰ ਸੰਭਾਲੀ ਨਹੀਂ ਪਰ ਜਿਨ੍ਹਾਂ ਨੂੰ ਨਿਰੰਕਾਰ ਦੇ ਕਰੋ ਬਖਸ਼ਿਸ਼ ਤੇ ਸਰੂਪ ਆਉ ਸਨਮਾਨ ਮਿਲ ਰਹੇ ਕੋਣ ਸ਼ਰੀਰ ਛੱਡ ਕੇ ਉਹਨਾਂ ਵਾਸਤੇ ਰੋਣਾ ਚਾਹੀਦਾ ਹੈ ਕਿ ਹੱਸਣਾ ਚਾਹੀਦਾ ਹੈ ਪਰ ਜੀਵਨ ਸਫਲ ਕਰਕੇ ਚੱਲੇ ਨੇ ਕਹਿਣ ਲੱਗੇ ਦੇਖੋ ਮਿੱਤ ਪੈਜੇ ਮਿੱਤ ਵਿਗਸੈ ਜਿਸ ਮਿੱਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪਹਿਨਾਵੇ ਇੱਕ ਮਿੱਤਰ ਦੇ ਸਨਮਾਨ ਤੇ ਦੂਸਰੇ ਮਿੱਤਰ ਖੁਸ਼ ਹੁੰਦੇ ਨੇ ਅਸੀਂ ਕੇਵਲ ਸ਼ਰੀਰ ਛੱਡਣਾ ਹੈ ਆ ਸਾਡੀ ਥੋੜਾ ਕੋਈ ਮੌਤ ਹੋਣੀ ਏ ਬੰਦਗੀ ਵਾਲੇ ਅਣੀ ਮੌਤ ਨਹੀਂ ਹੁੰਦੀ ਉਹ ਅਕਾਲ ਪੁਰਖ ਦੇ ਘਰ ਦਰਗਾਹ ਵਿੱਚ ਜਾਂਦੇ ਕਾ ਮਾਨ ਸਨਮਾਨ ਮਿਲਦਾ ਤਾਂ ਹੀ ਤਾਓ ਹੱਸਦੇ ਗੁਰੂ ਕੇ ਪਿਆਰ ਖੁਸ਼ ਹੁੰਦੇ ਨੇ ਵੀ ਜਿਹਦੇ ਲਈ ਜੀਵਨ ਮਿਲਿਆ ਸੀ ਉਹ ਕਾਰਜ ਪੂਰਾ ਹੋ ਗਿਆ ਤੇ ਹੁਣ ਜਦੋਂ ਸਰੀਰ ਛੱਡਾਂਗੇ ਤੇ ਸਾਈਂ ਦੀ ਗੋਦ ਦਾ ਆਨੰਦ ਮਾਣਾਂਗੇ ਕਿਉਂਕਿ ਉਹਨਾਂ ਨੂੰ ਜੁੰਦਿਆਂ ਜੀ ਉਹ ਗੋਦ ਮਿਲੀ ਕੋਈ ਏ ਹੁਣ ਕੇਵਲ ਆ ਜਿਹੜਾ ਪੰਜ ਭੂਤਕ ਸਰੀਰ ਹੀ ਉਹਨਾਂ ਨੇ ਇਹਦੇ ਤੋਂ ਪਰਾਂ ਖੋਣ ਆਏ ਜਿਹੜੇ ਕਿ ਜੇਕਰ ਨਾਮ ਨਾਲ ਨਾਲ ਜੁੜੇ ਕੋਈਏ ਤੇ ਬੰਦਾ ਸਰੀਰ ਨਹੀਂ ਛੱਡਣਾ ਚਾਹੁੰਦਾ ਇਹਨੂੰ ਲੱਗਦਾ ਮੈਂ ਮੁੱਕ ਜਾਣਾ ਹੈ ਮੁੱਕਣਾ ਵੀ ਸੱਚੀ ਗੱਲ ਏ ਪਤਾ ਨਹੀਂ ਕਿਹੜੇ ਕਿਹੜੇ ਟੇਡੀਆਂ ਜੂਨਾ ਚ ਫੇਰ ਜਨਮ ਜੇ ਮੰਨ ਲਓ ਬੜਾ ਪਿਆਰਾ ਇੱਕ ਬਚਨ ਕਿਸੇ ਸਿੰਘ ਨੇ ਕਿਹਾ ਵੀ ਮੰਨ ਲਓ ਮਨੁੱਖਾ ਜਨਮ ਹੀ ਮਿਲੇ ਦੁਆਰਾ ਜਦੋਂ ਸੋਚੋ ਕਿਤਨਾ ਔਖਾ ਹੈ ਫੇਰ ਉਹ ਬਚਪਨ ਦੇ ਦੁੱਖ ਫਿਰ ਸਕੂਲਾਂ ਦੀਆਂ ਪੜ੍ਹਾਈਆਂ ਫਿਰ ਉਸੇ ਤਰ੍ਹਾਂ ਪੇਪਰ ਦਿਓ ਨੌਕਰੀਆਂ ਲੱਭੋ ਕਿਰਤਾਂ ਵੱਲ ਜਾਓ ਕਿੰਨਾ ਲੰਬਾ ਫਿਰ ਉਹ ਝੇੜਾ ਉਹ ਬਾਗ ਪਰਿਵਾਰ ਤੇ ਦੋਸਤਾਂ ਮਿਸਤਰਾ ਰਿਸ਼ਤੇਦਾਰਾਂ ਦੀਆਂ ਗਿਲੇ ਤੇ ਸ਼ਿਕਵੇ ਕਿੰਨੀ ਲੰਬੀ ਕਹਾਣੀ ਉਹ ਕਹਿੰਦੇ ਇਸ ਜੀਵਨ ਨੂੰ ਸੰਭਾਲਣਾ ਚਾਹੀਦਾ ਕਿਵੇਂ ਸੰਭਾਲੀਏ ਸਹਿਬ ਕਹਿੰਦੇ ਸੱਚ ਕਹਿ ਨਾਨਕ ਸ਼ਬਦ ਸੱਚ ਮੇਲ ਚਿਰਿ ਵਿਸ਼ੁਨਿਆ ਕਹਿੰਦੇ ਸੱਚਾ ਬਚਨ ਜੇ ਪਿਆਰਿਓ ਜਿਸ ਨੂੰ ਮੰਨ ਲਓ ਸ਼ਬਦ ਸਾਚੈ ਦਤੈ ਨੂੰ ਸਿਹਾਰੀ ਕੈ ਬਚਨੇ ਗੁਰੂ ਕੇ ਸ਼ਬਦ ਦੁਆਰਾ ਜੇਕਰ ਅਸੀਂ ਜੁੜਾਂਗੇ ਸਾਈ ਨਾਲ ਤੇ ਮੌਤ ਤੋਂ ਡਰ ਨਹੀਂ ਆਏਗਾ ਮਰਨਾ ਕੈ ਅਨਖੋਣੀ ਨਹੀਂ ਖੋਏਗੀ ਸਗੋ ਇੰਜ ਲੱਗੇਗਾ ਪੀ ਜੀਵਨ ਸਫਲ ਹੋ ਗਿਆ ਹੈ ਜੀਵਨ ਦੀ ਬਾਤ ਜਿੱਤ ਕੇ ਚੱਲੇ ਆ ਸਾਧ ਸੰਗਤ ਪਰ ਇਹ ਕਿੰਨਾ ਸਤਗੁਰੂ ਜੀ ਪਾਤਸ਼ਾਹ ਜੀ ਦਾ ਬੱਚਾ ਨੇ ਬੰਦਾ ਅਨਕੋਣੀਆਂ ਗੱਲਾਂ ਕਰਦਾ ਹੈ ਬਹੁਤ ਸਿਆਣਾ ਹੈ ਪੜ ਲਿਖ ਜਾਂਦਾ ਹੈ ਵਪਾਰੀ ਇਹ ਤਕੜਾ ਪਰ ਦੁਖੀ ਹੈ ਕਹਿੰਦੇ ਸੁੱਖ ਦਾ ਖਜ਼ਾਨਾ ਕੋਲ ਸਿਪਾਈ ਗੁਰਦਾਸ ਸਾਹਿਬ ਜੀ ਨੇ ਨਾ ਬਹੁਤ ਪਿਆਰੀ ਇੱਕ ਝੜਕ ਵੀ ਮਾਰੀ ਤੇ ਸਮਝਾਇਆ ਕਹਿੰਦੇ ਉਹ ਗੁਰੂ ਤੋਂ ਬੇਮੁਖ ਹੋਣ ਵਾਲਿਆ ਪਰਮੇਸ਼ਰ ਨੂੰ ਨਹੀਂ ਨਾਂ ਯਾਦ ਕਰਨ ਵਾਲਿਆਂ ਦਿਨੇ ਰਾਤ ਕਲਪਦਾਂ ਤੈਨੂੰ ਪਤਾ ਹੈ ਤੇਰੇ ਤੋਂ ਗਲਤੀ ਕੀ ਹੋ ਰਹੀ ਹੈ ਕਹਿੰਦੇ ਕਿਸ ਬਾਂਦਰ ਦੇ ਗਾਲ ਲੱਖਰਪੈ ਦਾ ਰਤਨ ਪਾ ਦਿਓ ਉਹਨੂੰ ਕੀ ਪਤਾ ਹੈ ਕਿਸ ਰਤਨ ਦੀ ਕੀ ਕੀਮਤ ਉਹ ਕਹੇਗਾ ਘਰੇ ਮੇਰੇ ਗਾਲ ਚ ਕੀ ਭਾਰ ਭਾਅ ਛੱਡਿਆ ਕਹਿੰਦੇ ਉਹ ਸ੍ਰਿਸ਼ਟੀ ਦਾ ਮਾਲਕ ਤੇਰੇ ਅੰਦਰ ਬੈਠਾ ਸੀ ਸਰੀਰ ਵਿੱਚ ਵੀ ਇਹਦੇ ਰਹੀਂ ਤੂੰ ਮੇਰੇ ਨਾਲ ਜੁੜ ਕੇ ਸੁਖੀ ਹੋਏਗਾ 83 ਲੱਖ ਜੂਨ ਦਾ ਭਲਾ ਤੂੰ ਕਰਨ ਦੀ ਤਾਕਤ ਰੱਖੇਗਾ ਪਰ ਇਸ ਨੂੰ ਬੰਦਰ ਦੀ ਬਿਰਤੀ ਵਾਲੇ ਨੂੰ ਪਤਾ ਹੀ ਨਹੀਂ ਕਿ ਕੀਮਤੀ ਰਤਨ ਮੇਰੇ ਅੰਦਰ ਪਿਆ ਹੈ ਇਹ ਬਾਹਰੋਂ ਲੱਭਦਾ ਫਿਰਦਾ ਹੈ ਕਹਿੰਦੇ ਕੜਚੀ ਜਿਹੜੀਆਂ ਨੇ ਜਿੰਨਾ ਮਰਜੀ ਭੋਜਨ ਚ ਫਿਰਦੀ ਰਵੇ ਉਹਨੇ ਕਦੇ ਕਿਸੇ ਦਾਲ ਸਬਜੀ ਦਾ ਸਵਾਦ ਹੀ ਨਾ ਮਾਣਨਾ ਰੈਂਦੀ ਵਿੱਚ ਪੁਰ ਦਾ ਸਵਾਦ ਨਹੀਂ ਮਾਣਦੀ ਜਦੋਂ ਨਾ ਛਪੜਾਂ ਟੂਬਿਆਂ ਚ ਵੇਖਦੇ ਹੋ ਕਮਲ ਫੁੱਲ ਏ ਉਹਰੇ ਬਾਹਰੋਂ ਆਗ ਦੀ ਸੁਗੰਧੀ ਲੈਣਗੇ ਪਰ ਡੁੱਡੂ ਨੂੰ ਪਤਾ ਹੀ ਨਹੀਂ ਪਈ ਇੰਨਾ ਕੀਮਤੀ ਕਬਲ ਮੇਰੇ ਕੋਲ ਉਹ ਚੱਕੜ ਖਾਈ ਜਾਏਗਾ ਜਾਲਾ ਖਾਈ ਜਾਏਗਾ ਜਿਨ੍ਹਾਂ ਮਿਰਗਾ ਦੇ ਹਿਰਨਾ ਦੇ ਨਾਭੀ ਵਿੱਚ ਕਸਤੂਰੀ ਖੁੰਦੀ ਏ ਉਹ ਬਾਹਰ ਉਹਨਾਂ ਨੂੰ ਲੱਗਦਾ ਕਿਦਰੋਂ ਬਾਹਰੋਂ ਇਹ ਸੁਗੰਧ ਆ ਰਹੀ ਉਹ ਬਾਹਰ ਲੱਭਦੇ ਫਿਰਦੇ ਨੇ ਗੁਰੂ ਕੇ ਪਿਆਰਿਓ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰਤਨ ਮਾਣੀ ਗਲ ਬੰਦਰ ਹੈ ਕਿ ਉਹ ਕੀਮ ਨਾ ਜਾਣੈ ਕੜਚੀ ਸੌਨਾ ਸੰਮਲੇ ਭੋਜਨ ਰਸ ਖਾਣਾ ਡੱਡੂ ਚਿੱਕੜ ਵਾਸ ਕੈ ਕਮਲੇ ਨਾ ਸੰਜਾਣਾ ਨਾ ਕਤੂਰੀ ਮਿਰਗ ਦੇ ਫਿਰਦਾ ਖੈਰਾਣੇ ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣ ਗੁੱਜਰ ਦੁੱਧ ਵੇਚ ਕੇ ਤੇ ਉਹਦੇ ਬਦਲੇ ਖਾਲ ਤੇ ਸੂੜੀ ਆਦ ਕਲਿਆਂਦਾ ਕਹਿੰਦੇ ਬੇਮਕ ਮੂਲੋਂ ਕੁੱਥਿਆ ਦੁੱਖ ਸਹਿ ਜਮਾਣੇ ਜਿਵੇਂ ਬਾਂਦਰ ਦੇ ਗਲ ਵਿੱਚ ਰਤਨ ਜਿਵੇਂ ਕੜਚੀ ਹਮੇਸ਼ਾ ਭੋਜਨ ਦੇ ਨਾਲ ਡੱਡੂ ਕਮਲ ਦੇ ਕੋਲ ਵੱਸਦਾ ਕਸਤੂਰੀ ਦੇ ਕੋਲ ਮਿਰਗ ਖੈ ਜਾਂ ਮਿਰਗ ਕੋਲ ਕਸਤੂਰੀ ਲਾਭ ਨਹੀਂ ਲੈਂਦਾ ਇਸੇ ਤਰ੍ਹਾਂ ਸੀ ਵੀ ਸੱਚੇ ਸਾਈ ਨਾਲ ਜੁੜ ਕੇ ਮੌਤ ਤੋਂ ਉੱਪਰ ਜੁੰਦਿਆਂ ਜੀ ਕੋਣਾ ਸੀ ਉਹਦਾ ਲਾਭ ਨਾ ਲਿਆ ਇਹ ਅਨਖੋਣੀ ਬਾਤ ਜੇ ਅਨਖੋਣੀ ਇਹਨੂੰ ਆਖੀਏ ਨਾ ਕਿ ਮੌਤ ਨੂੰ ਅਨਖੋਣੀ ਕਹੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਹਿਬ ਕਹਿੰਦੇ ਦੇਖੋ ਆ ਸਰੀਰ ਨੂੰ ਐਵੇਂ ਨਾ ਸਮਝੋ ਭਾਈ ਸੱਤ ਭਾਈ ਵੀਰ ਸਿੰਘ ਕੁਰਾਨੇ ਗੁਰਬਾਣੀ ਦੇ ਆਧਾਰ ਤੇ ਇੱਕ ਕਵਿਤਾ ਵਿੱਚ ਬਚਨ ਕੀਤੇ ਨੇ ਕਹਿੰਦੇ ਆ ਜੀਵਨ ਤੁਹਾਡਾ ਜਿਵੇਂ ਫੁੱਲ ਖਿੜਦੇ ਨੇ ਇਸ ਤਰ੍ਹਾਂ ਖਿੜ ਸਕਦਾ ਉਹਨੇ ਖਿੜਨ ਲਈ ਬਣਾਇਆ ਹੈ ਪਰ ਫੁੱਲ ਜਦੋਂ ਖਿੜਦਾ ਹੈ ਤੇ ਫੁੱਲ ਦਾ ਵੀ ਕੋਈ ਤਰੀਕਾ ਹੈ ਨਾ ਕਿ ਪਹਿਲਾ ਉਹ ਬੀਜ ਬੂਟਾ ਬਣਦਾ ਹੈ ਪਾਣੀ ਉਹਨੂੰ ਮਿਲਦਾ ਹੈ ਧੁੱਪ ਛਾਵਾ ਸੰਹਦਾ ਹੈ ਫਿਰ ਉਹ ਕੀ ਕਰਦਾ ਉਹਦਾ ਜੀਵਨ ਕੀ ਹੈ ਨਿਸ਼ਾਨਾ ਕੀ ਭਈ ਫੁੱਲ ਬਣ ਕੇ ਖਿੜ ਜਾਣਾ ਖਿੜ ਕੇ ਦੂਸਰਿਆਂ ਨੂੰ ਸੁਗੰਧੀਆਂ ਵੰਡਣੀਆਂ ਆਹ ਜੀਵਨ ਰੋਣ ਤੋਂ ਲਈ ਨਹੀਂ ਸੀ ਮਿਲਿਆ ਸਤਿਗੁਰੂ ਕਹਿੰਦੇ ਜਿਹੜਾ ਸੀ ਜੰਜਾਲਾਂ ਚ ਫਸ ਕੇ ਗਵਾ ਲਿਆ ਇਹ ਤਾਂ ਸਾਡਾ ਨਿਸ਼ਾਨਾ ਸੀ ਖਿੜ ਜਾਣਾ ਇੰਨਾ ਖੁਸ਼ ਹੋਣਾ ਭਈ ਅਸੀਂ ਬਾਕੀਆਂ ਨੂੰ ਖੁਸ਼ੀਆਂ ਵੰਡਣੀਆਂ ਸੀ ਤੇ ਪਿਆਰੋ ਜਿ ਬੰਦਾ ਬਣ ਕੇ ਇਹ ਖੁਸ਼ ਨਹੀਂ ਹੋ ਸਕਿਆ ਤੇ ਕੀ ਇਹ ਕਾਂ ਕੁੱਤਾ ਬਣ ਕੇ ਖੁਸ਼ ਹੋਏਗਾ ਪਸ਼ੂ ਪੰਛੀ ਬਾਣ ਕੇ ਡੰਗਰ ਬਾਣ ਕੇ ਖੁਸ਼ ਹੋਏਗਾ ਇਹਨੂੰ ਜਉਣਾ ਨਹੀਂ ਆਇਆ ਭਾਈ ਵੀਰ ਸਿੰਘ ਕਹਿੰਦੇ ਆਪੇ ਵਿੱਚ ਬਠਾਲ ਮੈਂ ਆਪਾ ਪਾਲਿਆ ਕਹਿੰਦੇ ਪੂਰਾ ਧਿਆਨ ਆਪਣੇ ਅੰਦਰ ਰੱਖ ਕੇ ਸਿਮਰਨ ਸ਼ੁਰੂ ਕੀਤਾ ਪਲ-ਪਲ ਰੰਗ ਜਮਾਏ ਮੈਂ ਭਰੀਆਂ ਡੋਡੀਆਂ ਫੁੱਲ ਦੀ ਉਦਾਹਰਨ ਦਿੱਤੇ ਨੇ ਖੌਲੀ-ਖੌਲੀ ਕਹਿੰਦੇ ਪਲ-ਪਲ ਕਰਕੇ ਪਹਿਲਾ ਡੋਡੀਆਂ ਲੱਗਦੀਆਂ ਨੇ ਡੋਡੀਆਂ ਖੇੜੇ ਲਿਆ ਮੈਂ ਸਾਰਾ ਖਿੜ ਪਿਆ ਮਹਿਕਿਆ ਮੁਸ਼ਕਿ ਮਚਾਏ ਤੇ ਲਪਟਾਂ ਛੱਡੀਆਂ ਹਾਂ ਹੁਣ ਜਦ ਲਪਟ ਵਖਾਏ ਮੈਂ ਡੁੱਲ ਡੁੱਲ ਪੈ ਰਿਆ ਖੇੜਿਆਂ ਨਾਲ ਪਰਾਂ ਮੈਂ ਝੋਲੀਆਂ ਅੱਡੀਆਂ ਉਹ ਹੁੰਦਾ ਆਪ ਵੰਡਾਏ ਮੈਂ ਵੰਡੇ ਆ ਜਾ ਰਿਆ ਕਹਿੰਦੇ ਫੁੱਲ ਖੋਲੀ ਵਾਲੀ ਡੋਡੀਆਂ ਬਣਦੀਆਂ ਉਹ ਕਈ ਰੰਗ ਬਦਲਦਾ ਜਦੋਂ ਫੁੱਲ ਬਣਦਾ ਏ ਫਿਰ ਮਹਿਕਾ ਵੰਡਦਾ ਏ ਸਿਮਰਨ ਕਰੀਏ ਇਸ ਸ਼ਰੀਰ ਤੇ ਨਾਲ ਤੇ ਅੰਦਰੋਂ ਮਹਿਕਾਂ ਨਿਕਲਦੀਆਂ ਜ਼ਿੰਦਗੀ ਦੀਆਂ ਗੁਜੇਰ ਹਸ ਪ੍ਰਗਟੁੰਦੇ ਨੇ ਫਿਰ ਤੁਸੀਂ ਵੰਡੋਗੇ ਉਚੇਚਾ ਨਹੀਂ ਜਿੱਧਰ ਲੰਘੋਗੇ ਉਧਰ ਚਾਰਚ ਫਿਰ ਜਿਵੇਂ ਫੁੱਲ ਬੋਲਦਾ ਤੈਨੀਆਂ ਜਿਹੜਾ ਵੀ ਕੋਲੋ ਦੇ ਆਗੇ ਉਹਨੂੰ ਖੁਸ਼ਬੂਨ ਦੇ ਦੇਣੀ ਸਤਿਗੁਰੂ ਕਹਿੰਦੇ ਆਖੋ ਜੇ ਜੀਵਨ ਬਣਾਈਏ ਉਹਦੀਆਂ ਬਖਸ਼ਾਂ ਦੀ ਖੁਸ਼ਬੂ ਸਾਡੇ ਕੋਲ ਹੋਵੇ ਤੇ ਜਿੱਧਰ ਜਾਈਏ ਅਸੀਂ ਖੁਸ਼ਬੂਆਂ ਤੇ ਖੇੜੇ ਵੰਡਦੇ ਤੁਰੇ ਜਾਈਏ ਨਾ ਕਿ ਹੋਵੇ ਆਪ ਵੀ ਰੋਈਏ ਤੇ ਜਿਹਦੇ ਕੋਲ ਗੱਲ ਕਰੀਏ ਉਨੂੰ ਵੀ ਉਦਾਸ ਕਰਕੇ ਤੋਰ ਦਈਏ ਆਪੀ ਜਾਨ ਲੱਗਿਆਂ ਰੋਂਦੇ ਕੁਰਲਾਉਂਦੇ ਜਾਈਏ ਤੇ ਦੂਸਰਿਆਂ ਨੂੰ ਵੀ ਚੰਗੀ ਤਰ੍ਹਾਂ ਰੁਵਾਤ ਕੇ ਤੇ ਕੁਰਲਾ ਕੇ ਜਾਈਏ ਸਤਿਗੁਰੂ ਕਹਿੰਦੇ ਨਹੀਂ ਪ੍ਰੋਫੈਸਰ ਪੂਰਨ ਸਿੰਘ ਸਾਹਿਬ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ 50 ਕੁ ਸਾਲ ਦੀ ਉਮਰ ਦਿੱਤੀ ਸਿੰਘ ਬਹੁਤ ਵਾਹਿਗੁਰੂ ਜੀ ਦੇ ਪਿਆਰੇ ਸਾਨ ਕੋਈ ਪੁਰਾਣੀ ਕਮਾਈ ਖੋਏਗੀ ਪੁਰਾਣੀ ਉਹਨਾਂ ਦੀ ਕੋਈ ਬੰਦਗੀ ਖੋਏਗੀ ਉਹਨਾਂ ਦਾ ਅੰਦਰ ਨਿਰਮਲ ਸੁਰਤ ਦੀ ਉਡਾਰੀ ਬਹੁਤ ਉੱਚੀ ਸੀ ਬਹੁਤ ਸਾਰੀਆਂ ਉਹਨਾਂ ਨੇ ਪੁਸਤਕਾਂ ਵਿੱਚ ਲਿਖੀਆਂ ਉਹਨਾਂ ਨੇ 1881 ਵਿੱਚ ਉਹਨਾਂ ਦਾ ਜ਼ਿਲ੍ਹਾ ਹੁਟਾਬਾਦ ਸਲਖੜ ਪਿੰਡ ਜੋ ਪਾਕਿਸਤਾਨ ਵਿੱਚ ਹਨ ਅੱਜਕੱਲ ਉੱਥੇ ਉਹਨਾਂ ਦਾ ਜਨਮ ਖੁੰਦਾ ਹੈ ਤੇ 31 ਮਾਰਚ 1931 ਦੇਰਾਦੂਨ ਨੂੰ ਉਹ ਦੇਰਾਦੂਨ ਵਿਖੇ ਸ਼ਹੀਦ ਛੱਡ ਜਾਂਦੇ ਨੇ ਬਹੁਤ ਪਿਆਰੇ ਸਨ ਬਹੁਤ ਉੱਚੇ ਉੱਚਾ ਨੇ ਬਚਨ ਲਿਖੇ ਧਮਾਈ ਵਾਲੇ ਸਨ ਇਹਨਾਂ ਨਾਮ ਨਾਲ ਜੁੜੇ ਹੋਏ ਸੀ 1924 ਦੀ ਗੱਲ ਹੈ ਕਾਨਫਰੰਸ ਸਿੱਖ এডਿਕੇਸ਼ਨ ਕਾਨਫਰੰਸ ਪ੍ਰਿੰਸੀਪਲ ਸਰਦਾਰ ਸਰਮੁਖ ਸਿੰਘ ਅਮੋਲਖੋਏ ਨੇ ਉਹਨਾਂ ਨੇ ਕਿਉਂਕਿ ਪਟਿਆਲਾ ਯੂਨੀਵਰਸਿਟੀ ਵੱਲੋਂ ਉੱਚੀ ਪ੍ਰਵੇਸ਼ ਸਰਪੂਰਨ ਸਿੰਘ ਤੇ ਇੱਕ ਵਿਸ਼ੇਸ਼ ਅੰਕ ਕੱਢਿਆ ਗਿਆ ਸੀ ਉਹਦੇ ਵਿੱਚ ਅਮੋਲ ਜੀ ਦਾ ਇੱਕ ਲੇਖ ਹੈ ਉਹਦੇ ਵਿੱਚ ਉਹ ਲਿਖਦੇ ਨੇ ਮੈਂ ਉਦੋਂ 15 ਕੋ سال ਦਾ ਸੀ 8ਵੀਂ ਕਲਾਸ ਚ ਪੜਦਾ ਤੇ ਜਦੋਂ ਇਹ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਗਿਆ ਉਹਦੇ ਚ ਕੋਈ 1500 ਬੰਦੇ ਸਿਆਣੇ ਵਿਦਵਾਨ ਚੰਗੇ ਚੰਗੀ ਅਮੀਰ ਬੈਠੇ ਸਨ 300 ਮੁੰਡੇ ਕੁੜੀਆਂ ਇਸਤਰੀ ਮਰਦ ਉਹ ਵੀ ਬੈਠੇ ਸਾਰੇ ਬੁਲਾਰ ਬੋਲ ਰਹੇ ਨੇ ਕਿਉਂਕਿ ਉਦੋਂ ਸ਼ੁਰੂ ਹੋਈਆਂ ਸਨ ਕਾਨਫਰੰਸਾਂ ਸਿੱਖਾਂ ਦੇ ਮਸਲੇ ਸਾਂਝੇ ਵਿਚਾਰੇ ਜਾਣ ਅਮਰਤ ਸੰਚਾਰ ਹੋਵੇ ਕਿਵੇਂ ਪ੍ਰੇਰਣਾ ਕੀਤੀ ਜਾਵੇ ਕਿ ਗੁਰਬਾਣੀ ਦੇ ਨੇੜੇ ਆਣਾ ਦੇ ਤੋਂ ਲਾਭ ਉਠਾਣਾ ਉਹ ਸਾਰਾ ਕੁਝ ਪ੍ਰੋਫੈਸਰ ਪੂਰਨ ਸਿੰਘ ਦਾ ਪਤਾ ਲੱਗਾ ਲੋਕਾਂ ਨੂੰ ਬੜਾ ਚਾਹ ਸੀ ਤੇ ਉਹ ਐਖੋ ਜੇ ਟੰਗ ਨਾਲ ਸੀ ਵੀ ਵਿਚਕਾਰ ਜੀ ਪੂਰਨ ਸਿੰਘ ਬੈਠਾ ਸੀ ਵਿਚਕਾਰ ਬੁਲਾ ਰਹੇ ਸਨ ਤਾਂ ਕਿ ਚਾਰਚ ਦੇ ਰਿਵਾਜ ਸਾਰਿਆਂ ਨੂੰ ਆ ਸਕੇ ਇੱਕ ਥੰਮ ਨੂੰ ਤੱਪੜਿਆਂ ਨਾਲ ਢੱਕ ਕੇ ਸਜਾਇਆ ਸੀ ਉਹਦੇ ਕੋਲ ਪ੍ਰੋਫੈਸਰ ਪੂਰਨ ਸਿੰਘ ਸਿੱਧੀ ਜੀ ਪੱਗ ਬਨ ਕੇ ਬੈਠੇ ਨੇ ਜਦੋਂ ਉਹਨਾਂ ਦੀ ਵਾਰੀ ਆਈ ਉਹ ਬੋਲਣ ਲੱਗੇ ਉਹਨਾਂ ਦੀ ਰਚਨਾ ਤੋਂ ਜਿਹੜੇ ਬੋਲ ਨਿਕਲਦੇ ਸਾਰੇ ਸਰੋਤੇ ਮੰਤਰ ਮੁਕਤ ਹੋ ਗਏ ਉਹਨਾਂ ਦੀ ਸੁਭਾਅ ਮੁਤਾਬਕ ਕੜੀਮੁੜੀ ਇੱਕ ਪੰਕਤੀ ਪੜ੍ਹਦੇ ਸਨ ਨਾਨਕ ਨਾਮ ਮਿਲੇ ਤਾਂ ਜੀਵਨ ਨਾ ਮਿਲੇ ਤਾਂ ਜੀਵ ਇਸ ਪੰਕਤੀ ਨੂੰ ਉਹਨਾਂ ਨੇ ਜਦੋਂ ਪੜਨਾ ਤੇ ਸੰਗਤ ਨੇ ਪਿੱਛੇ ਬੋਲਣਾ ਫਿਰ ਕੁਝ ਬਚਨ ਕਰਨੇ ਫਿਰ ਪੜਨਾ ਕਹਿੰਦੇ ਪੂਰਾ ਜਿੰਨਾ ਚਿਰ ਬੋਲਦੇ ਰਹਿ ਸੰਗਤ ਜਿੰਨੇ ਸੁਰੋਤੇ ਬੈਠੇ ਸਨ ਸਾਰੇ ਦੇਸ਼ ਕਾਲ ਤੋਂ ਉੱਪਰ ਚਲੇ ਗਏ ਕਿਸੇ ਸਵਾਦ ਵਿੱਚ ਰੰਗੇ ਗਏ ਜਿਵੇਂ ਉਹਨਾਂ ਨੂੰ ਇਧਰ ਉਧਰ ਦੇਖਣਾ ਵੀ ਭੁੱਲਿਆ ਉਹਨਾਂ ਦੇ ਕੁਝ ਵੀ ਆਉਣਗੇ ਕੁਝ ਪੁੱਛਾਂਗੇ ਦੱਸਾਂਗੇ ਸਵਾਲ ਕਰਨੇ ਭੁੱਲ ਗਏ ਦੋ ਪੱਤਰਕਾਰ ਬੈਠੇ ਸਨ ਜਿਨ੍ਹਾਂ ਨੇ ਰਿਪੋਰਟ ਵੀ ਦੇਣੀ ਸੀ ਪ੍ਰਿੰਸੀਪਲ ਅਮੋਲ ਜੀ ਲਿਖਦੇ ਨੇ ਪ੍ਰੋਫੈਸਰ ਪੂਰਨ ਸਿੰਘ ਪਤਾ ਨਹੀਂ ਕਦੋਂ ਇਹ ਪੰਕਤੀ ਪੜਾਉਂਦੇ ਪੜਾਉਂਦੇ ਬਹਿ ਗਏ ਪਰ ਸਰੋਤੇ ਅਜੇ ਵੀ ਉਸੇ ਰੰਗ ਵਿੱਚ ਉਹ ਪੰਕਤੀ ਪੜ੍ਹਦੇ ਜਾ ਰਹੇ ਸਨ ਕਿੰਨੇ ਚਿਰ ਬਾਅਦ ਪਤਾ ਲੱਗਾ ਕਿ ਉਹਨਾਂ ਦਾ ਲੈਕਚਰ ਪੂਰਾ ਹੋ ਗਿਆ ਉਹ ਸਟੇਜ ਤੇ ਨਹੀਂ ਘਰ ਸਾਰੇ ਕਿਸੇ ਸਵਾਦ ਵਿੱਚ ਉਹਨਾਂ ਨੇ ਕਈਆਂ ਨੂੰ ਪੁੱਛਿਆ ਪਰਪੂਰਨ ਸਿੰਘ ਨੇ ਕੀ ਕਿਹਾ ਸੀ ਕਹਿੰਦੇ ਜੀ ਪਤਾ ਕੋਈ ਨਹੀਂ ਪਰ ਹਰ ਖਿਰਦੇ ਦੇ ਅੰਦਰ ਇੱਕ ਸਵਾਦ ਤੇ ਮਿਠਾਸ ਸੀ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਕੁਝ ਲਿਖਣਾ ਸੀ ਕੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਿਹਾ ਕਹਿਣ ਲੱਗੇ ਲਿਖਣਾ ਕੀ ਸੀ ਜੋ ਉਹਨਾਂ ਦੇ ਬੋਲ ਇਹਨੇ ਮਿੱਠੇ ਅਸੀਂ ਉਹਨਾਂ ਦੇ ਰਸ ਵਿੱਚ ਹੀ ਗੁਡੂੰਦ ਹੋ ਗਏ ਤਨਮਨ ਥੀਵੇ ਖਰਿਆ ਨਹੀਂ ਪੜਿਆ ਕੇਵਲ ਅੱਧੀ ਪੰਕਤੀ ਨਹੀਂ ਸਾਡੇ ਅੰਦਰ ਨੂੰ ਠੰਡ ਪਾ ਕੇ ਰੱਖ ਦਿੱਤੇ ਫਿਰ ਇਹਨੂੰ ਕਹਿੰਦੇ ਖੇੜਾ ਜਦੋਂ ਕੋਈ ਜੁੜ ਜਾਂਦਾ ਹੈ ਨਾ ਤੇ ਉਹ ਜਿੱਧਰ ਵੀ ਜਾਏਗਾ ਚਾਰਜ ਫਿਰ ਜੁੜੇਗਾ ਅਸੀਂ ਹੁਣ ਆਪ ਕਲਪੇ ਖੋਨੇ ਆ ਜਿੱਧਰ ਜਾਏਗਾ ਕਲਪਨਾ ਹੀ ਕਲਪਨਾ ਚਾਰਜ ਫਿਰ ਇੱਕ ਲਾਰੀ ਇਹ ਪ੍ਰੋਫੈਸਰ ਪੂਰਨ ਸਿੰਘ ਕਿਵੇਂ ਜੁੜਿਆ ਹੋਏਗਾ ਫਿਰ ਜਿੱਧਰ ਬੋਲਦਾ ਹੈ ਤੇ ਲੋਕਾਂ ਨੂੰ ਭੁੱਲ ਹੀ ਜਾਂਦਾ ਹੈ ਇੱਕ ਵਾਰ ਸੰਤਿਆਨੀ ਗੁਰਵਚਨ ਸਿੰਘ ਪਿੰਡ ਵਾਲੇ ਕਲਕੱਤੇ ਗਏ ਸਨ ਤੇ ਕਮਾਈ ਆਈ ਬੜੀ ਪਿਆਰ ਵਾਲੀ ਸੀ ਰੂ ਬਾਣੀ ਪੜਨ ਵਾਲੀ ਮਹਾਰਾਜ ਦੇ ਘਰ ਨੂੰ ਪਿਆਰ ਕਰਦੇ ਉਸ ਨੇ ਜਦੋਂ ਬਚਨ ਰੰਭ ਕੋਏ ਮਹਾਂਪੁਰਸ਼ਾਂ ਨੇ ਕੀਤੇ ਦੀਵਾਨ ਸੀ ਲੰਬੇ ਇੱਕ ਦੋ ਦਿਨ دیਵਾਨਾ ਤੋਂ ਬਾਅਦ ਸਿੰਘ ਪੁੱਛਣ ਲੱਗੇ ਮਾਤਾ ਜੀ ਬਾਬਾ ਜੀ ਹਰਾਨ ਕਿਹੜੇ ਬਚਨ ਕੀਤੇ ਕਹਿਣ ਲੱਗੇ ਮੈਨੂੰ ਇੱਕ ਵੀ ਨਹੀਂ ਯਾਰ ਬੋਲ ਸੁਣ ਕੇ ਮੇਰਾ ਅੰਦਰ ਟਿਕ ਗਿਆ ਮੈਂ ਉਸ ਟਿਕੇ ਅੰਦਰ ਨਾਲ ਉਹਨਾਂ ਦੇ ਸਰੂਪ ਨੂੰ ਹੀ ਅੰਦਰੋਂ ਤੱਕ ਦੀ ਸਾਂ ਤੇ ਗੁਰੂ ਕੇ ਸ਼ਬਦ ਦਾ ਰਸ ਪੀਂਦੀ ਸਾਂ ਇਹ ਘਰ ਇਹ ਦਾਤਾ ਸਾਡੇ ਘਰ ਵਿੱਚ ਨੇ ਹਰ ਬੰਦੇ ਕੋਲ ਨੇ ਉਹ ਦਾਤਾ ਐਵੇਂ ਸੁਣਨ ਨਾਲ ਕਹਿਣ ਨਾਲ ਨਹੀਂ ਹੁੰਦੀਆਂ ਉਹਦੇ ਚਰਨਾਂ ਨਾਲ ਜੁੜ ਜਾਈਏ ਤੇ ਸਹਿਜ ਸੁਭਾਏ ਆਉਂਦੀਆਂ ਨੇ ਜਦੋਂ ਪੂਰਨ ਸਿੰਘ ਜੀ ਦਾ ਅੰਤ ਸਮਾਂ ਆਇਆ ਉਹਨਾਂ ਟੀਵੀ ਹੋਏ ਸੀ ਪਰ ਪਿਆਰ ਵਿੱਚ ਸਨ ਡਾਕਟਰ ਨੇ ਦੱਸਿਆ ਪੀਣ ਤੁਰ ਜਾਣਾ ਹੈ ਉਹਨਾਂ ਦੀ ਪਤਨੀ ਬੈਠੀ ਕੋਲ ਬੈਠੇ ਇੱਕਦਮ ਅੰਦਰ ਵਿਛੋੜੇ ਦੀ ਦਰਦ ਖੋਈ ਤੇ ਚਾਰ ਖੰਝੂ ਘਰੇ ਨਾਲ ਹੀ ਰੱਬ ਨੇ ਖਿਆਲ ਪਾਇਆ ਪੂਰਨ ਸਿੰਘ ਨਟਾਲ ਪਿਆਖ ਹੈ ਜਿੰਦਗੀ ਤੇ ਮੌਤ ਦੀ ਲੜਾਈ ਚੱਲ ਰਹੀ ਹੈ ਸਾਰਾ ਜੀਵਨ ਉਹਨਾਂ ਦੀ ਪਤਨੀ ਕਹਿ ਲੱਗੇ ਇਹ ਚਾ ਸੀਪਿਓ ਸਾਈਂ ਦੇ ਰੰਗ ਵਿੱਚ ਰੰਗਿਆ ਸੀ ਪਿਓ ਦੀ ਗੋਦ 'ਤੇ ਜਾਵਾ ਅੱਜ ਮੇਰਾ ਪਤੀ ਮਰ ਛੋੜੀ ਰਿਹਾ ਹੈ ਸਰੀਰ ਛੱਡ ਕੇ ਉਹਦੀ ਗੋਦ ਵਿੱਚ ਜਾਣਾ ਏ ਤੇ ਅਸੀਂ ਉਹਨੂੰ ਰੋਕ ਕੇ ਤੋਰੀਏ ਉਹਦੇ ਚਾਵਾਂ ਨਾਲ ਜਿੰਨੇ ਇਹਨਾਂ ਜਾਣਾ ਏ ਅਸੀਂ ਚਾਵਾਂ ਨਾਲ ਤੋਰਾਂ ਗੀਆਂ ਦੋਨਾਂ ਨੇ ਇੱਕਦਮ ਪਹਿਲਾਂ 52 ਅਖਰੀ ਦਾ ਪਾਠ ਕਰਦੀਆਂ ਸਨ ਤੇ ਫਿਰ ਇੱਕ ਪੰਕਤੀ ਪੜ੍ਹੀ ਜਨ ਨਾਨਕ ਨਾਮ ਸਲਾਖੇ ਤੂੰ ਲੁੱਡ ਲੁੱਡ ਦਰ ਕੈ ਵੰਜ ਕਹਿੰਦੇ ਅਸੀਂ ਨਾਮ ਜਪਦੀਆਂ ਤੂੰ ਚਾਵਾਂ ਨਾਲ ਦਰਗਾਹ ਹਲ ਜਾ ਤੇ ਕੋਈ ਕਲਪਨਾ ਨਹੀਂ ਖੈ ਕਹ ਰਿਓ ਸਤਗੁਰੂ ਜਮਦਿਆਂ ਜੀ ਉਹਨਾਂ ਨੂੰ ਦਰਗਾਹ ਦਿਖਾਉਂਦੇ ਨੇ ਤੋ ਲੋੜ ਕਹਿ ਜੀ ਸਾਨੂੰ ਦਰਗਾਹ ਨਾ ਦਿਸੇ ਕਲਪਨਾ ਤੇ ਝੇੜੇ ਹੀ ਦੁੱਖ ਜੰਜਾਲ ਹੀ ਪੱਲੇ ਪੈ ਇਹ ਅਨਕੋਣੀ ਗੱਲ ਏ ਤੇ ਚਿੰਤਾ ਵਾਲੀ ਗੱਲ ਏ ਸਤਗੁਰੂ ਜੀ ਕਹਿੰਦੇ ਚਿੰਤਾ ਨਾ ਆਵੇ ਅਨਕੋਣੀ ਨਾ ਹੋਵੇ ਆਪਾਂ ਨਾਮ ਨਾਲ ਜੁੜੀਏ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਜੰਜਾਲ ਖੁੰਦੇ ਨੇ ਕੰਮ ਕਰਨੀ ਜੰਜਾਲ ਖੁੰਦੇ ਜਦੋਂ ਆਪਾਂ ਨਾਮ ਨੂੰ ਭੁੱਲ ਜਾਂਨੇ ਆਂ ਬਾਕੀ ਸਾਰਾ ਕੁਝ ਜੰਜਾਲ ਹੀ ਚੰਜਾਲ ਨਾਮ ਨਾਲ ਜੁੜ ਕੇ ਕਿਰਤ ਕਰੀਏ ਪਿਆਰੇ ਇਸ ਦੁਨੀਆਂ ਵਿੱਚ ਰਹੀਏ ਜੰਜਾਲ ਨਹੀਂ ਜੰਜਾਲਾਂ ਨੂੰ ਤੋੜਨ ਵਿੱਚ ਇਹ ਚੀਜ਼ਾਂ ਉਲਟਾ ਸਖਾਈਕ ਹੁੰਦੀਆਂ ਨੇ ਮਾਇਆ ਰੇ ਸੇਵਾ ਕਰਾਂਗੇ ਹੱਥਾਂ ਪੈਰਾਂ ਨਾਲ ਕਿਸੇ ਦੇ ਕੰਮ ਆਵਾਂ ਅੰਗੇ ਭਲਾ ਹੋਏਗਾ ਸਤਿਗੁਰੂ ਜੀ ਤਰਸ ਕਰਨ ਸਾਨੂੰ ਸਦਾ ਸਦਾ ਲਈ ਆਪਣੇ ਚਰਨਾਂ ਨਾਲ ਜੋੜਨ ਸਾਡਾ ਅੰਦਰ ਖਿੜੇ ਤੇ ਦੂਸਰਿਆਂ ਨੂੰ ਖਿੜਾਈਏ ਮੌਤ ਤੋਂ ਨਾ ਡਰੀਏ ਸਾਈਂ ਤੋਂ ਡਰੀਏ ਭੀ ਜੀਵਨ ਸਫਲ ਨਾ ਹੋਇਆ ਤੇ ਕੀ ਬਣੇਗਾ ਤੋ ਜੀਵਨ ਨੂੰ ਸਫਲ ਕਰਨਾ ਪੈਂਦਾ ਗੁਰੂ ਆਲੇ ਬਣ ਕੇ ਸਾਈਂ ਨਾਲ ਜੁੜ ਕੇ ਇੰਨੇ ਬਚਨ ਪ੍ਰਵਾਨ ਕਰਨੇ ਪੁੱਲ ਚੁੱਕ ਦੀ ਖਿਮਾ ਕਰਨੀ ਫਤੇ ਬਲਾਓ ਜੀ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤੇ